ਦਰਸ਼ਕਾਂལ ਐਚਐਸਐਨ ਟੀਵੀ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ 'ਚ ਨਿੱਘਾ ਸਵਾਗਤ ਮੈਂ ਹਾ ਸ਼ੀਤਲਾ ਹਫਤ ਤੱਕ ਪਹਿਲਾਂ ਇੱਕ ਝਾਤ ਮਾਰੀ ਆਈਆਂ ਖਾਸ ਖਬਰਾਂ ਤੇ ਪੀ ਫਾਈਜ਼ਰ ਦੇ ਸੀਈਓ ਨੂੰ ਹੋਇਆ ਕਰੋਨਾ ਵੈਕਸੀਨ ਦੀਆਂ ਲੈ ਚੁੱਕੇ ਨੇ 4 ਖੁਰਾਕਾਂ ਅਮਰੀਕਾ ਦੇ ਵਿੱਚ ਪਾਕਿਸਤਾਨੀ ਡਾਕਟਰ ਨੇ ਅਤਵਾਦ ਦੇ ਦੋਸ਼ ਕੀਤਾ ਸਵੀਕਾਰ ਜੇਲ ਬਾਈਡਨ ਨੂੰ ਹੋਇਆ ਕਰੋਨਾ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਵੀ ਹੋਏ ਸੰਪੋਜੀਟਿਵ ਜੀਐਚਜੀ ਅਕੈਡਮੀ ਵੱਲੋਂ ਸਾਲਾਨਾ ਅੰਤਰਰਾਸ਼ਟਰੀ ਯੁਵਾਕ ਮੇਲੇ ਨੇ ਛੱਡੀਆਂ ਅਮਿਤ ਪੈੜਾ ਪੀਯੋ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਦੇ ਨਾਲ ਕੀਤੀ ਗੱਲਬਾਤ ਕਈ ਮੁੱਦਿਆਂ ਤੇ ਕੀਤੀ ਚਰਚਾ ਜੀਐਨਕੇ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਗੁਲਾਮ ਨਬੀ ਆਜ਼ਾਦ ਨੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫਾ ਮੁੰਬਈ ਪੁਲਿਸ ਦੀ ਵੱਡੀ ਕਾਮਯਾਬੀ ਗੁਜਰਾਤ ਤੋਂ ਬਰਾਮਦ ਕੀਤੀ 1126 ਕਰੋੜ ਰੁਪਏ ਦੀ ਡਰੱਗ ਵਿਕਰਮ ਜੇਠੀਆ ਪਰਿਵਾਰ ਸਮੇਂ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤ ਕਿਹਾ ਵਾਹਿਗੁਰੂ ਦਾ ਸ਼ੁਕਰਾਨਾ ਟਰੱਕ ਦੇ ਵਿੱਚ ਲਿਜਾ ਰਹੇ ਸਨ ਗਊਆਂ ਡਰਾਈਵਰ ਕਾਬੂ ਸਾਥੀ ਫਰਾਰ ਦੱਸਾਂਗੇ ਤੁਹਾਨੂੰ ਆਖਰ ਕੀ ਸੀ ਮਾਮਲਾ ਕਲਯੁਗੀ ਪਿਓ ਨੇ ਮਾਰ ਮੁਕਾਇਆ 8 ਸਾਲਾ ਪੁੱਤਰ ਗਲਾ ਕੁੜਦਿਆਂ ਇੱਕ ਵਾਰ ਨਗੰਬੇ ਹੱਤ ਨਵਜੋਤ ਸਿੰਘ ਨੂੰ ਮਿਲੀ ਵੱਡੀ ਰਾਹਤ ਥਾਣੇਦਾਰ ਦੀ ਪੈਂਟ ਗਿੱਲੀ ਬਿਆਨ ਵਾਲਾ ਕੇਸ ਅਦਾਲਤ ਨੇ ਕੀਤਾ ਰੱਦ ਹੁਣ ਖਬਰਾਂ ਵਿਸਥਾਰ ਨਾਲ ਉਧਰ ਕਰੋਨਾ ਵਾਇਰਸ ਦੇ ਵਿਰੁੱਧ ਟੀਕਾ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਫਾਈਜ਼ਰ ਦੇ ਉੱਚ ਅਧਿਕਾਰੀ ਇਸ ਵਾਇਰਸ ਨਾਲ ਸੰਕਰਮਿਤ ਹੋ ਗਏ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਵਿੱਚ ਲਾਗ ਦੇ ਬਹੁਤ ਮਾਮੂਲੀ ਲੱਛਣ ਨੇ ਕੰਪਨੀ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਐਲਬਰਟ ਬੋਲਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਫਾਈਜ਼ਰ ਦੀ ਦਵਾਈ ਪੈਕਸਲੋ ਵਿਲਡ ਦੇ ਲਹਿਰੇ ਨੇ ਅਤੇ ਇਕਾਂਤ ਵਾਸ ਦੇ ਵਿੱਚ ਨੇ ਉਹਨਾਂ ਨੂੰ ਕੋਵਿਡ ਰੋਕੂ ਟੀਕੇ ਦੀਆਂ ਚਾਰ ਖੁਰਾਕਾਂ ਦਿੱਤੀਆਂ ਗਈਆਂ ਨੇ ਕੰਪਨੀ ਦੇ ਵੱਲੋਂ ਜਾਰੀ ਇੱਕ ਸੰਖੇਪ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਲਦੀ ਠੀਕ ਹੋਣ ਦਾ ਭਰੋਸਾ ਹੈ ਅਮਰੀਕਾ ਦੇ ਵਿੱਚ 12.8 ਕਰੋੜ ਲੋਕਾਂ ਨੂੰ ਫਾਈਜ਼ਰ ਕੰਪਨੀ ਦੇ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਚੁੱਕੀਆਂ ਨੇ ਜਦਕਿ ਲਗਭਗ 6.1 ਕਰੋੜ ਲੋਕਾਂ ਨੂੰ ਇੱਕ ਬੂਸਟਰ ਡੋਜ਼ ਵੀ ਦਿੱਤੀ ਗਈ ਹੈ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਟੀਕਾ ਅਜੇ ਵੀ ਹਸਪਤਾਲ ਦੇ ਵਿੱਚ ਦਾਖਲ ਹੋਣ ਅਤੇ ਗੰਭੀਰ ਬਿਮਾਰੀਆਂ ਦੇ ਵਿਰੁੱਧ ਠੋਸ ਸੁਰੱਖਿਆ ਪ੍ਰਦਾਨ ਕਰਦਾ ਪਰ ਵਾਇਰਸ ਦੇ ਵੇਰੀਐਂਟਾਂ ਦੇ ਵਿੱਚ ਬਦ ਉਦਰ ਪਾਕਿਸਤਾਨ ਦੇ ਇੱਕ ਡਾਕਟਰ ਅਤੇ ਮਾਓ ਕਲੀਨਿਕ ਦੇ ਸਾਬਕਾ ਕਰਮਚਾਰੀ ਨੇ ਮੰਗਲਵਾਨ ਨੂੰ ਅਤਵਾਦ ਦੇ ਨਾਂ ਸਬੰਧਿਤ ਇੱਕ ਦੋਸ਼ ਸਵੀਕਾਰ ਕਰ ਲਿਆ। ਉਸਨੇ 2 ਸਾਲ ਪਹਿਲਾਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖਬਰਾਂ ਨੂੰ ਦੱਸਿਆ ਸੀ ਕਿ ਉਹ ਇਸਲਾਮਿਕ ਸਟੇਟ ਸਮੂਹ ਦੇ ਨਾਲ ਵਫਾਦਾਰੀ ਰੱਖਦਾ ਹੈ ਔਰ ਅਮਰੀਕਾ ਦੇ ਵਿੱਚ ਇਕੱਲੇ ਹਮਲਿਆਂ ਨੂੰ ਅੰਜਾਮ ਦੇਣਾ ਚਾਹੁੰਦਾ ਹੈ। ਇਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਨਲਾਈਨ ਉਪਲਬਧ ਦਸਤਾਵੇਜ਼ਾਂ ਦੇ ਅਨੁਸਾਰ ਮੁਹੰਮਦ ਮਸੂਦ ਨੇ ਇੱਕ ਵਿਦੇਸ਼ੀ ਅਤਵਾਦੀ ਸੰਗਠਨ ਨੂੰ ਸਾਜ਼ੋ-ਸਮਾਨ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਦਾ ਇੱਕ ਦੋਸ਼ ਸਵੀਕਾਰ ਕਰ ਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਜ਼ਾ ਕਿਸ ਦਿਨ ਸੁناਈ ਜਾਵੇਗੀ ਸਰਕਾਰੀ ਵਕੀਲਾ ਨੇ ਕਿਹਾ ਹੈ ਕਿ ਮਸੂਦ ਵਰਕ ਵਿਜ਼ਟ ਤੇ ਅਮਰੀਕਾ ਆਇਆ ਸੀ ਉਹਨਾਂ ਨੇ ਦੋਸ਼ ਵੀ ਲਗਾਇਆ ਕਿ ਮਸੂਦ ਨੇ FBI ਦੇ ਮੁਖਬਰਾਂ ਨੂੰ ਇਸਲਾਮਿਕ ਸਟੇਟਸ ਸਮੂਹ ਦਾ ਮੈਂਬਰ ਸਮਝ ਕੇ ਜਨਵਰੀ 2020 ਵੀ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਉਹਨਾਂ ਨੇ ਵੀ ਦੱਸਿਆ ਕਿ ਉਹ ਇਸ ਸਮੂਹ ਦੇ ਇਸ ਦੇ ਆਗੂ ਦੇ ਪ੍ਰਤੀ ਵਫਾਦਾਰੀ ਰੱਖਦੇ ਨੇ ਸਰਕਾਰੀ ਵਕੀਲਾ ਨੇ ਕਿਹਾ ਕਿ ਮਸੂਦ ਨੇ ISIS ਦੇ ਲਈ ਲੜਨ ਲਈ ਸੀਰੀਆ ਜਾਣਤੇ ਅਮਰੀਕਾ ਦੇ ਵਿੱਚ ਇਕੱਲੇ ਹਮਲਿਆਂ ਨੂੰ ਅੰਜਾਮ ਦੇਣ ਦਾ ਇਰਾਦਾ ਜ਼ਾਹਰ ਕੀਤਾ ਮਾਓ ਕਲੀਨਿਕ ਨੇ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਮਸੂਦ ਦ ਮਿਨੀ ਸੋਟਾ ਦੇ ਵਿੱਚ ਰੋਚੈਸਟਰ ਦੇ ਇੱਕ ਮੈਡੀਕਲ ਸੈਂਟਰ ਦੇ ਵਿੱਚ ਉਸ ਦਾ ਇੱਕ ਸਾਫਾ ਕਰਮਚਾਰੀ ਸੀ ਪਰ ਉਹ ਗ੍ਰਿਫਤਾਰੀ ਦੇ ਸਮੇਂ ਕਲੀਨਿਕ ਦੇ ਵਿੱਚ ਕੰਮ ਨਹੀਂ ਕਰਦਾ ਸੀ ਪੁਰਦਾ ਦੱਖਣੀ ਕੈਲੀਫੋਰਨੀਆ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਦੇ ਕਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ ਔਰ ਉਹਨਾਂ ਦੇ ਵਿੱਚ ਬਿਮਾਰੀ ਦੇ ਹਲਕੇ ਲੱਛਣ ਨਜ਼ਰ ਆ ਰਹੇ ਨੇ ਵਾਈਟ ਹਾਊਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਲ ਨੂੰ ਬਿਮਾਰੀ ਦੇ ਲੱਛਣ ਸੋਮਵਾਰ ਨੂੰ ਦਿਖਣੇ ਸ਼ੁਰੂ ਹੋਏ ਔਰ ਉਸ ਸਮੇਂ ਉਹ ਆਪਣੇ ਪਤੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਦੱਖਣੀ ਕੈਲੀਫੋਰਨੀਆ ਦੇ ਵਿੱਚ ਛੁੱਟੀਆਂ ਮਨਾ ਰਹੀ ਸੀ ਜਿਸ ਨੂੰ ਐਂਟੀਵਾਇਰਲ ਦਵਾਈ ਪੈਕਸਲੋਵਿਡ ਦਿੱਤੀ ਗਈ ਔਰ ਉਹ ਘੱਟੋ ਘੱਟ 5 ਦਿਨਾਂ ਤੱਕ ਕੰਟਿਨਵਾਸ ਦੇ ਵਿੱਚ ਵੀ ਰਹੀ ਵਾਈਟ ਹਾਊਸ ਨੇ ਦੱਸਿਆ ਕਿ ਜੋਬ ਬਾਈਡਨ ਦੀ ਕਰੋਨਾ ਜਾਂਚ ਰਿਪੋਰਟ ਮੰਗਲਵਾਰ ਨੂੰ ਨੈਗੇਟਿਵ ਆਈ ਪਰ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਉਹ ਘਰ ਦੇ ਅੰਦਰ ਵੀ 10 ਦਿਨਾਂ ਤੱਕ ਮਾਸਕ ਪਾ ਕੇ ਰਹੇਗੀ ਜ਼ਿਕਰ ਹੋਇਆ ਕਿ ਕਰੋਨਾ ਵਾਇਰਸ ਨਾਲ ਫਿਰ ਤੋਂ ਇਨਫੈਕਟਡ ਹੋਣ ਤੋਂ ਬਾਅਦ ਬਾਈਡਨ 7 ਅਗਸਤ ਨੂੰ ਇਨਫੈਕਸ਼ਨ ਮੁਕਤ ਹੋਏ ਸਨ ਉਦਰ ਜੀਐਜੀ ਡਾਂਸ ਅਤੇ ਸੰਗੀਤ ਅਕੈਡਮੀ ਫ੍ਰਿਜ਼ਨੋ ਦੇ ਵੱਲੋਂ 12ਵਾਂ ਸਾਲਾਨਾ ਅੰਤਰਰਾਸ਼ਟਰੀ ਯੁਵਾਕ ਮੇਲਾ ਫ੍ਰਿਜ਼ਨੋ ਦੇ ਵਿਲੀਅਮਸਨ ਨੇ ਥੀਏਟਰ ਦੇ ਵਿੱਚ ਕਰਵਾਇਆ ਗਿਆ। ਕੋਵਿਡ-19 ਮਹਾਮਾਰਤਬਾ ਸੰਸਥਾ ਦੇ ਵੱਲੋਂ ਕਰਵਾਇਆ ਜਾਣ ਵਾਲਾ ਸਭ ਤੋਂ ਵੱਡਾ ਪ੍ਰੋਗਰਾਮ ਹੈ ਜਿਸ ਦੀ ਸ਼ੁਰੂਆਤ ਜੀਐਜੀ ਖਾਲਸਾ ਦੀ ਚੱਲੀ ਆ ਰਹੀ ਮਰਿਆਦਾ ਦੇ ਅਨੁਸਾਰ ਸਭ ਨੇ ਰਲ ਕੇ ਪ੍ਰੋਗਰਾਮ ਦੀ ਸਫਲਤਾ ਦੀ ਅਰਦਾਸ ਕੀਤੀ। ਇਸ ਉਪਰੰਤ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਨੂੰ ਨਤਮਸਤਕ ਹੋਏ। ਇਸ ਤੋਂ ਬਾਅਦ ਸਥਾਨਕ ਗਾਇਕ ਪੱਪੀ ਪਦੌੜ ਨੇ ਆਪਣੇ ਗੀਤਾਂ ਦੇ ਰਾਹੀਂ ਹਾਜ਼ਰੀ ਭਰੀ। ਉਸ ਉਪਰੰ ਬਨਜੀ ਆਇਆ ਕਿ ਇਸ ਤੋਂ ਬਾਅਦ ਚੱਲਿਆ ਪੰਜਾਬੀ ਸੱਭਿਆਚਾਰ ਨੂੰ ਸਜਦਾ ਕਰਦੇ ਹੋਏ ਗਿੱਧੇ ਤੇ ਭੰਗੜੇ ਦਾ ਦੌਰ ਜਿਸ ਦੇ ਵਿੱਚ ਪਹਿਲਾਂ ਜੀਐ ਜੀ ਅਕੈਡਮੀ ਦੇ ਵੱਲੋਂ ਤੇ ਆਰ ਟੀਮਾਂ ਨੇ ਬੱਚਿਆਂ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਚੱਲ ਰਹੇ ਭਗਣਾ ਮੁਕਾਬਲਿਆਂ ਦੇ ਮਹਾਯੁੱਧ ਵਿੱਚ ਕੈਲੀਫੋਰਨੀਆ ਤੋਂ ਮੰਟਿਕਾ ਸ਼ਹਿਰ ਦੀਆਂ ਦੋ ਟੀਮਾਂ ਨੇ ਵੱਖ-ਵੱਖ ਪਹਿਲਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਦੂਸਰੇ ਸਥਾਨ ਤੇ ਸਰੀ ਕੈਨੇਡਾ ਦੀ ਟੀਮ ਰਹੀ ਜੇਤੂ ਟੀਮਾਂ ਨੂੰ ਨਕਦ ਦੇ ਨਾਮ ਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਭੰਗੜੇ ਦੇ ਮੁਕਾਬਲੇ ਦਾ ਪਹਿਲੇ ਇਨਾਮ ਦੀ ਸਪਾਂਸਰਸ਼ਿਪ ਹਮੇਸ਼ਾ ਦੀ ਤਰ੍ਹਾਂ ਸ਼ਾਨ ਦਿੱਤਾ ਗਿਆ ਜਦਕਿ ਬਾਕੀ ਨਾਮ ਹੋਰਨਾਂ ਦੇ ਵੱਲੋਂ ਸਪਾਂਸਰਸ ਸਨ ਜੀਐਜੀ ਅਕੈਡਮੀ ਦੇ ਵੱਲੋਂ ਕੁੜੀਆਂ ਦੇ ਪੰਗੜੇ ਦੀ ਟੀਮ ਨੇ ਵੀ ਬਾ ਕਮਾਲ ਪੇਸ਼ਕਾਰੀ ਕੀਤੀ ਇਸ ਤਰ੍ਹਾਂ ਕਈ ਟੀਮਾਂ ਦੇ ਵੱਲੋਂ ਲਾਈ ਬੋਲੀਆਂ ਦੇ ਨਾਲ ਪੰਗੜੇ ਦੀ ਪੇਸ਼ਕਾਰੀ ਵੀ ਦਰਸ਼ਕਾਂ ਦੇ ਮਨ ਨੂੰ ਪਾ ਗਈ ਸਮੁੱਚੇ ਪ੍ਰੋਗਰਾਮ ਦੇ ਦੌਰਾਨ ਬਾਬਿਆਂ ਦਾ ਮਲਵਈ ਗਿੱੱਦਾ ਤੇ ਮਾਵਾਂ ਦਾ ਗਿੱੱਦਾ ਦੀ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਦੇ ਅਸਲ ਤਸਵੀਰ ਪੇਸ਼ ਕਰਦਿਆਂ ਹੋਏ ਆ ਕੋ ਰੰਗ ਬਨੇ ਪ੍ਰੋਗਰਾਮ ਦੇ ਦੌਰਾਨ ਫ੍ਰੀਜਨੋ ਸਿਟੀ ਕਾਉਂਸਲ ਮੈਂਬਰ ਸੋਰੀਆ ਇਸਮ ਲਾਂਡਾ ਨੇ ਵੀ ਪ੍ਰੋਗਰਾਮ ਦੀ ਸਫਲਤਾ ਦੀ ਵਧਾਈ ਦਿੱਤੀ ਪੰਜਾਬੀ ਗੀਤਕਾਰੀ ਦੇ ਵਿੱਚ ਆਪਣਾ ਨਾਂ ਬਣਾ ਚੁੱਕੇ ਗੀਤਕਾਰ ਗਿੱਲ ਰੋਤਾ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਸਮੇਂ ਸੰਸਥਾ ਦੇ ਮੈਂਬਰ ਸਰਦਾਰ ਕੁਲਵੰਤ ਸਿੰਘ ਖੈਰਾਂ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਹੋਇਆ ਔਰ ਅਜਿਹੇ ਉਪਰਾਹਨ ਦੀ ਸ਼ਲਾਗਾ ਕੀਤੀ ਇਸ ਤਰ੍ਹਾਂ ਸਭ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਦਿੱਤੇ ਗਏ ਇਸ ਮੁੱਚੇ ਪ੍ਰੋਗਰਾਮ ਦੇ ਦੌਰਾਨ ਸੰਤੇਜ ਸੰਚਾਲਨ ਦੀ ਮੁੱਖ ਭੂਮਿਕਾ ਬੀਬੀ ਆਸ਼ਾ ਰਾਣੀ ਅਤੇ ਗੁਰਦੀਪ ਸ਼ੇਰ ਗਿੱਲ ਨੇ ਬਖੂਬੀ ਨਿਭਾਈ ਇਸ ਮੁੱਚੇ ਕਾਰਜ ਨੂੰ ਨੇਪਰੇ ਚਾੜਨ ਲਈ ਸ ਜਿਸ ਤੋਂ ਸਭ ਹਾਜ਼ਰਨ ਬਹੁਤ ਖੁਸ਼ ਸਨ ਅੱਜ ਦੇ ਸਮੇਤੇ ਦਰਬੱਚਿਆਂ ਨੂੰਕਾਰਤੀ ਚਾਰ ਦੀਵਾਰੀ ਤੋਂ ਪਰ ਕੱਢ ਕੇ ਵੀਡੀਓ ਗੇਮ ਵਰਗੀ ਆਦਤਾਂ ਦੂਰ ਕਰਨਾ ਔਰ ਆਪਣੇ ਸਭਿਆਚਾਰਕ ਵਿਰਸੇ ਨਾਲ ਜੋੜਨ ਦਾ ਇਹ ਇੱਕ ਵੱਡਾ ਉਪਰਾਲਾ ਸੀ ਜਿਸ ਦੀ ਹਾਜ਼ਰਨ ਪਰਿਵਾਰਾਂ ਨੇ ਰੱਜ ਕੇ ਤਾਰੀਫ ਵੀ ਕੀਤੀ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਸਦੇ ਜੰਗਲਾਂ ਵਿੱਚ ਲੱਗੀ ਭਿਆਨਕ ਆਗਤ ਦੇਸ਼ ਦੇ ਸੁੱਕੇ ਦੀ ਸਥਿਤੀ ਦੇ ਨਾਲ ਨਜਿੱਠਣ ਨੂੰ ਲੈ ਕੇ ਭਾਰਤ ਨੇ ਇੱਕ ਜੁੜਤਾ ਪ੍ਰਦਰਸ਼ਿਤ ਕੀਤੀ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਦੋਵਾਂ ਨੇ ਤਾਮਾਨੇ ਬਹੁਤ ਪੁੰਪੂਮੀ ਰਾਜਨੀਤਿਕ ਚੁਣੌਤੀਆਂ ਤੇ ਸਿਵਲ ਪਰਮਾਣੂ ਊਰਜਾ ਸਹਿਯੋਗ ਨੂੰ ਲੈ ਕੇ ਚਰਚਾ ਵੀ ਕੀਤੀ ਪੀਐਮਓ ਮੁਤਾਬਕ ਫੋਨ ਤੇ ਹੋਈ ਇਸ ਗੱਲਬਾਤ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਰੱਖਿਆ ਸਹਿਯੋਗ ਦੇ ਨਾਲ ਜੁੜੇ ਪ੍ਰੋਜੈਕਟਾਂ ਅਤੇ ਸਿਵਲ ਪਰਮਾਣ ਖਿਆਸ ਵਿੱਚ ਇਹ ਮਹੱਤਵਪੂਰਨ ਰਾਜਨੀਤਿਕ ਚੁਣੌਤੀਆਂ ਦੇ ਬਾਰੇ ਦੇ ਵਿੱਚ ਆਪਸ ਦੇ ਵਿੱਚ ਚਰਚਾ ਕੀਤੀ। ਪੀਐਮਓ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਹਾਲ ਦੇ ਸਾਲਾ ਦੇ ਵਿੱਚ ਭਾਰਤ-ਫਰਾਂਸ ਰਣਨੀਤਿਕ ਸਾਂਝੇਦਾਰੀ ਨੂੰ ਮਿਲੀ ਮਜ਼ਬੂਤੀ ਅਤੇ ਡੂੰਘਾਈ ਤੇ ਸੰਤੁਸ਼ਟੀ ਜਤਾਈ ਔਰ ਸਬੰਧਾਂ ਨੂੰ ਹੋਰ ਜ਼ਿਆਦਾ ਵਿਸਥਾਰ ਦੇਣ ਦੇ ਲਈ ਸਹਿਯੋਗ ਦੇ ਨਵੇਂ ਖੇਤਰਾਂ ਦੇ ਵਿੱਚ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਤੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਦੇ ਵਿੱਚ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਰਾਸ਼ਟਰਪਤੀ ਮੈਕਰੋਂ ਦੇ ਨਾਲ ਚਰਚਾ ਦੇ ਦੌਰਾਨ ਫਰਾਂਸ ਦੇ ਵਿੱਚ ਲੱਗੀ ਭਿਆਨਕ ਆਗਦੀ ਘਟਨਾ ਨੂੰ ਲੈ ਕੇ ਭਾਰਤ ਦੀ ਇਕ ਜੁੜਤਾ ਪ੍ਰਦਰਸ਼ਿਤ ਕੀਤੀ ਹੈ। ਉਧਰ ਜੰਮੂ ਕਸ਼ਮੀਰ ਕਾਂਗਰਸ ਦੇ ਵਿੱਚ ਵੱਡਾ ਫੇਰਬਦਲ ਹੋਇਆ ਹੈ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ ਸੀ ਪਰ ਹੁਣ ਕੁਝ ਵੀ ਘੰਟਿਆਂ ਬਾਅਦ ਗੁਲਾਮ ਨਬੀ ਆਜ਼ਾਦ ਨੇ ਉਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਜੇ ਤੱਕ ਕਾਰਨ ਸਪਸ਼ਟ ਨਹੀਂ ਹੈ ਕਾਂਗਰਸ ਨੇਤਾ ਨੇ ਕੁਝ ਘੰਟੇ ਬਾਅਦ ਹੀ ਪਾਰਟੀ ਦੇ ਵੱਲੋਂ ਦਿੱਤੇ ਗਏ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ ਪਰ ਸਿਆਸੀ ਗਲਿਆਰਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਉਤੇ ਕਾਂਗਰਸ ਨੇ ਗੁਲਾਮ ਨਬੀ ਆਜ਼ਾਦ ਦੇ ਕਰੀਬੀ ਮੰਨੇ ਜਾਣ ਵਾਲੇ ਵਕਾਰ ਰਸੂਲਵਾਨ ਨੂੰ ਜੰਮੂ ਕਸ਼ਮੀਰਿਕ ਕਾਇਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ ਜਾਣ ਦਾ ਦਾ ਮਜ਼ਬੂਤ ਕਰਨ ਲਈ ਕਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਪਾਰਟੀ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਤਾਰਿਕ ਹਮੈਦਕਰਾਂ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਗੁਲਾਮ ਨਬੀ ਆਜ਼ਾਦ ਨੂੰ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਅਤੇ ਤਾਲਮਿਲ ਕਮੇਟੀ ਦਾ ਮੁਖੀ ਵੀ ਬਣਾਇਆ ਗਿਆ ਉੱਥੇ ਹੀ ਮੈਨੀਫੈਸਟੋ ਕਮੇਟੀ ਦਾ ਮੁਖੀ ਪ੍ਰੋਫੈਸਰ ਸੈਫੁੱਦੀਨ ਸੋਜ ਅਤੇ ਮੀਤ ਪ੍ਰਧਾਨ ਐਡਵੋਕੇਟ ਐਮ ਕੇ ਭਾਰਤਵਾੜ ਨੂੰ ਵੀ ਬਣਾਇਆ ਗਿਆ ਸੀ ਪ੍ਰਚਾਰ ਅਤੇ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਮੁੱਲਾ ਰਾਮ ਨਿਯੁਕਤ ਹੋਏ ਸਾਨ ਫਰੀਨਾ ਨਿਯੁਕਤੀਆਂ ਦੇ ਕੁਝ ਘੰਟੇ ਬਾਅਦ ਹੀ ਗੁਲਾ ਉਧਰ ਮੁੰਬਈ ਐਂਟੀ ਨਾਰਕੋਟਿਕਸ ਸੈੱਲ ਦੀ ਵਰਲੀ ਯੂਨਿਟ ਨੇ ਗੁਜਰਾਤ ਦੇ ਪਰੂਚ ਜ਼ਿਲ੍ਹੇ ਦੇ ਵਿੱਚ ਇੱਕ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਪੁਲਿਸ ਨੇ ਪਰੂਚ ਦੇ ਇਕਲੇਸ਼ਵਰ ਇਲਾਕੇ ਤੋਂ ਲਗਭਗ 513 ਕਿਲੋ ਐਮਡੀ ਡਰੱਗਜ਼ ਬਰਾਮਦ ਕੀਤੀ ਹੈ ਜਦਕਿ ਕਿਤੇ ਕਿ ਡਰੱਗ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 1126 ਕਰੋੜ ਰੁਪਏ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਮਹਿਲਾ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਇਹਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤੇ ਦੋ ਦੋਸ਼ੀ ਐਂਟੀ ਨਾਰਕੋਟਿਸ ਸੈੱਲ ਦੀ ਹਿਰਾਸਤ ਦੇ ਵਿੱਚ ਨੇ ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਮਾਰਠ ਦੇ ਵਿੱਚ ਸ਼ਿਵਾ ਫੜੀਸੀਆ ਰਸ ਤੋਂ ਬਾਅਦ ਤੋਹੀਂ ਪੁਲਿਸ ਇਸ ਦਾ ਸੋਰਸ ਪਤਾ ਲਗਾਉਣ ਦੇ ਵਿੱਚ ਜੁਟੀ ਹੋਈ ਸੀ ਮੁੰਬਈ ਪੁਲਿਸ ਨੇ ਇਸ ਖੇਪ ਨੂੰ ਫੜਨ ਦੇ ਵਿੱਚ 5 ਮਹੀਨੇ ਤੱਕ ਸੰਘਰਸ਼ ਕਰਨਾ ਪਿਆ ਮਾਰਚ ਤੋਂ ਬਾਅਦ ਤੋਹੀਂ ਪੁਲਿਸ ਮੁੰਬਈ ਪੁਲਿਸ ਦੀ ਐਂਟੀ ਨਾਰਕੋਟਿਕਸ ਸੈਲ ਇਸ ਤੇ ਲਗਾਤਾਰ ਕੰਮ ਕਰ ਰਹੀ ਹੈ ਪੁਲਿਸ ਨੂੰ ਲੱਗਦਾ ਹੈ ਕਿ ਇੱਕ ਵੱਡਾ ਅੰਤਰਰਾਸ਼ਟਰੀ ਡਰਗ ਗਿਰੋਹ ਹੈ ਜੋ ਕਿ ਕਈ ਸੂਬਿਆਂ ਦੇ ਵਿੱਚ ਫੈਲਿਆ ਹੋਇਆ ਹੈ ਉਦੋਂ ਸ਼੍ਰੋਮ ਨਿਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਭਕਾ ਮੰਤਰੀ ਵਿਕਰਮ ਸਿੰਘ ਮਜੀਠੀ ਅੱਜ ਅਸਵੇਰੇ ਪਰਿਵਾਰ ਦੇ ਸਦੇਮੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਵਰਤਰ ਗੁਰਬਾਣੀ ਦਾ ਉਹਨਾਂ ਨੇ ਸਰਵਣ ਕੀਤਾ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਵਿਕਰਮਜੀਠੀਆ ਬੀਤੇ ਦਿਨੀ ਚੰਡੀਗੜ੍ਹ ਤੋਂ ਮਿਰਸਰ ਪਹੁੰਚੇ ਸਨ ਅਤੇ ਵਕ ਵਕ ਥਾਮਾ ਦੋਨਾਂ ਦਾ ਸ਼੍ਰੋਮ ਨਿਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਅੱਜ ਅਸਵੇਰੇ ਉਹਨਾਂ ਨੇ ਆਪਣੇ ਪਰਿਵਾਰ ਦੇ ਸਦੇਮੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਵਿਟੇ ਕਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਆਪਣੇ ਬਸ਼ੰਦੇਤਾ ਧੰਨਵਾਦ ਕਰਦਾ ਹਾਂ ਜਿਸ ਨੇ ਮੇਰੀ ਜ਼ਮਾਨਤ ਲਈ ਅਰਦਾਸ ਬੰਦਿਆ ਕੀਤੀਆਂ ਤੇ ਮੈਂ ਅੱਜ ਇਸ ਇੱਕ ਨਿਮਾਣ ਸਿੱਖ ਦੇ ਵਜੋਂ ਸਤਕੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਨਾ ਪੁੱਜਾ ਹਾਂ ਉਹਨਾਂ ਨੇ ਕਿਹਾ ਕਿ ਉਹ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਇੱਥੇ ਆਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਤਾਂ ਉਦੋਂ ਆਪਣੀ ਮਾਤਾ ਅਤੇ ਬੱਚਿਆਂ ਦੇ ਹਾਲਾਤ ਵੇਖ ਕੇ ਦੁੱਖ ਜ਼ਰੂਰ ਹੁੰਦਾ ਸੀ ਪਰ ਤੁਹਾਡੇ ਸਭ ਦੇ ਪਿਆਰ ਸਦਕਾ ਮੈਂ ਉੱਥੇ ਵੀ ਛੜਦੀ ਕਲਾ ਦੇ ਵਿੱਚ ਰਿਹਾ ਉਹਨਾਂ ਨੇ ਕਿਹਾ ਕਿ ਅਚਹੀ ਸਿਆਸਤ ਦਾ ਕੋਈ ਫਾਇਦਾ ਨਹੀਂ ਜੋ ਸਿਆਸੀ ਨਫ਼ਰਤ ਫੈਲਾਵੇ ਉਹਨਾਂ ਨੇ ਕਿਹਾ ਕਿ ਸਿਆਸਤ ਸਿਰਫ ਲੋਕਾਂ ਦੇ ਭਲੇ ਦੇ ਲਈ ਪੰਜਾਬ ਦੇ ਭਲੇ ਦੇ ਲਈ ਹੋਣੀ ਚਾਹੀਦੀ ਹੈ ਉਹਨਾਂ ਦੇ ਨਾਲ ਹੀ ਮਜੀਠਾ ਹਲਕੇ ਦਾ ਧੰਨਵਾਦ ਕਰਦੇ ਹੋਇਆ ਕਿਹਾ ਕਿ ਮੈਂ ਮਜੀਠਾ ਹਲਕਾ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਮੇਰੀ ਪਤਨੀ ਗਨੀਵ ਕੌਰ ਮਜੀਠੀਆਂ ਨੂੰ ਮਜੀਠਾ ਹਲਕੇ ਤੋਂ ਜਿੱਤ ਦਰਵਾਈ ਹੈ ਉਧਰ ਅਮਲੋਦੀਆਂ ਆਜ ਮੰਡੀ ਦੇ ਵਿੱਚ ਗਵਾਂਵਾਂ ਦੇ ਨਾਲ ਭਰਿਆ ਇੱਕ ਟਰੱਕ ਫੜਨ ਦਾ ਮਾਮਲਾ ਸਾਹਮਣੇ ਆਇਆ ਇੱਕ ਟਰੱਕ ਨੂੰ ਫੜਨ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਗਿਆ ਜਦਕਿ ਇੱਕ ਵਿਅਕਤੀ ਫਰਾਰ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਜਗਦੀਪ ਸਿੰਘ ਪੰਚਮਾਨਗੜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਦੇ ਵਿੱਚ 10 ਤੋਂ 15 ਗਵਾਂਵਾਂ ਨੂੰ ਭਰ ਕੇ ਲਿਜਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਨਾਜ ਮੰਡੀ ਅਮਲੋ ਦੇ ਵਿੱਚ ਇੱਕ ਟਰੱਕ ਨੂੰ ਕਾਬੂ ਕੀਤਾ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਉੱਥੇ ਉਹਨਾਂ ਨੇ ਦੱਸਿਆ ਕਿ ਟਰੱਕ ਦੇ ਵਿੱਚ ਦੋ ਵਿਅਕਤੀ ਸਵਾਰ ਸਨ ਹਸਾਨ ਇਸ ਬਾਰੇ ਕੁਝ ਵੀ ਨਹੀਂ ਪਤਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਸਮੇਂ ਦੀ ਥਾਣਾ ਮਲੋਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਪਿੰਡ ਮਾਨਗੜ ਦੇ ਪੰਚ ਦੇ ਵਿੱਚੋਂ ਸੂਚਨਾ ਮਿਲੀ ਸੀ ਕਿ ਮਲੋਦੀ ਨਾਜ ਮੰਡੀ ਦੇ ਵਿੱਚ ਗੋਹਾਂ ਨਾਲ ਭਰਿਆ ਟਰੱਕ ਫੜਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਹਨ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਤੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ ਉਹ ਗੋਹਾਂ ਦੇ ਨਾਲ ਭਰਿਆ ਟਰੱਕ ਕਿੱਥੇ ਲੈ ਕੇ ਜਾ ਰਹੇ ਨੇ ਉਦਾ ਥਾਣਾ ਮਹਿਰਬਾਨਦੀਨ ਆਉਂਦੀ ਬਾਜੜਾ ਕਲੋਨੀ ਦੇ ਵਿੱਚ ਇੱਕ ਪਿਤਾ ਦੇ ਵੱਲੋਂ ਆਪਣੇ 8 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਥਾਣਾ ਮੁਖੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕਰਤਾ ਗਨੇਸ਼ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਬਾਜੜਾ ਕਲੋਨੀ ਨੇ ਦੱਸਿਆ ਕਿ 14 ਅਗਸਤ ਦੀ ਰਾਤ ਨੂੰ ਉਸ ਦਾ ਪੁੱਤ ਜਗਦੀਪ ਸਿੰਘ ਆਪਣੇ 8 ਸਾਲ ਦੇ ਪੁੱਤਰ ਗੁਰਸ਼ਰਨ ਸਿੰਘ ਦੇ ਨਾਲ ਆਪਣੇ ਘਰ ਦੇ ਕਮਰੇ ਦੇ ਵਿੱਚ ਸੁੱਤਾ ਪਿਆ ਸੀ ਅਚਾਨਕ ਉਸ ਦੇ ਪੁੱਤਰ ਜਗਦੀਪ ਸਿੰਘ ਨੇ ਚੀਕਣਾ ਸ਼ੁਰੂ ਕਰ ਦਿੱਤਾ ਜਦ ਕਿ ਉਸ ਦੀ ਆਵਾਜ਼ ਸੁਣ ਕੇ ਉਹ ਕਮਰੇ ਅੰਦਰ ਗਿਆ ਤਾਂ ਵੇਖਿਆ ਕਿ ਉਸ ਦਾ ਪੁੱਤਰ ਫਰਸ਼ ਤੇ ਬੈਠਾ ਹੋਇਆ ਚੀਕ ਰਿਹਾ ਉਸ ਦੇ ਪੋਤਰੇ ਗੁਰਸ਼ਰਨ ਸਿੰਘ ਦੀ ਲਾਸ਼ ਬੈ ਸੀ ਪਾਈ ਹੋਈ ਸੀ ਇਸ ਤੋਂ ਬਾਅਦ ਉਸਨੇ ਉਸ ਦੀ ਸ਼ਿਕਾਇਤ ਮਿਹਰਬਾਨ ਪੁਲਿਸ ਨੂੰ ਦਿੱਤੀ ਹੈ ਥਾਣਾ ਮੁਕੇ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪੁੱਛ ਕੇ ਮ੍ਰਿਤਕ ਦਾਡ ਸਾਲਾ ਗੁਰਸ਼ਰਨ ਸਿੰਘ ਦੀ ਲਾਸ਼ ਕਬਜ਼ੇ ਦੇ ਵਿੱਚ ਲੈ ਲਈ ਤੇ ਮਲਜ਼ਮ ਮ੍ਰਿਤਕ ਦੇ ਪਿਤਾ ਤੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਮਲਜ਼ਮ ਖਿਲਾਫ ਥਾਣਾ ਮਿਹਰਬਾਨ ਦਾ ਕਤਲ ਦਾ ਕੇਸ ਦਰਜ ਕੀਤਾ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮਲਜ਼ਮ ਕਪੜੇ ਦੀ ਫੈਕਟਰੀ ਦੇ ਵਿੱਚ ਓਵਰਲੌਕ ਦਾ ਕੰਮ ਕਰਦਾ ਸੀ ਤੇ ਪਿਛਲੇ ਕਈ ਮਹੀਨਿਆਂ ਤੋਂ ਡਿਪਰੈਸ਼ਨ ਦੇ ਵਿੱਚ ਅਲ ਰਿਹਾ ਸੀ ਪੁਲਿਸ ਨੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਉਦੋਂ ਲੁਧਿਆਣਾ ਦੇ ਕਾਂਗਰਸ ਦੇ ਸੰਸਦ ਮੈਂਬਰ ਅਵਨੀਤ ਸਿੰਘ ਬਿੱਟੂ ਦੇ ਪੀਏ ਤੇ ਹਮਲਾ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦੇ ਅਨੁਸਾਰ ਦੋ ਦੋਸ਼ੀਆਂ ਨੂੰ 15 ਅਗਸਤ ਵਾਲੇ ਦਿਨ ਕਾਬੂ ਕਰ ਲਿਆ ਗਿਆ ਸੀ ਜਿਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ 4 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੇਕਰ ਯੋਗ ਹੈ ਕਿ ਹਰਜਿੰਦਰ ਸਿੰਘ 3 ਅਤੇ 12 ਅਗਸਤ ਨੂੰ ਹਮਲਾ ਕੀਤਾ ਗਿਆ ਸੀ ਉਹਨਾਂ ਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਆਪਣੇ ਪਿੰਡ ਥਰੀਕਿਆ ਤੋਂ ਨਿਕਲੇ ਕੇ ਆਯਾਲੀ ਚੌਕ ਜਾ ਰਹੇ ਸਨ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ 15-16 ਹਮਲਾਵਰਾਂ ਦੇ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਉਹਨਾਂ ਦੇ ਸਿਰ ਦੇ ਵਿੱਚ ਗੁੱਜੀਆਂ ਸੱਟਾਂ ਲੱਗੀਆਂ ਇਸ ਹਮਲੇ ਦੀ ਜਾਂਚ ਦੇ ਲਈ ਪੁਲਿਸ ਕਮਿਸ਼ਨਰ ਕਸਤਵ ਸ਼ਰਮਾ ਦੇ ਮਾਮਲੇ ਦੀ ਜਾਂਚ ਲਈ थाना ਸਰਾਂਬਾ ਨਗਰ ਤੇ ਸੀਆਈਏ ਇੱਕ ਦੀ ਟੀਮ ਬਣਾਈ ਇਹਨਾਂ ਦੋਨਾਂ ਟੀਮਾਂ ਨੇ ਆਪਸੀ ਤਾਲਮੇਲ ਦੇ ਨਾਲ ਦੋਸ਼ੀਆਂ ਨੂੰ ਅਹਿਮਦਗੜ ਮੰਡੀ ਜ਼ਿਲ੍ਹਾ ਮਲੇਰਕੋਟਲਾ ਤੋਂ ਗ੍ਰਿਫਤਾਰ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਛਾਣ ਹਰਜੋਤ ਸਿੰਘ ਉਰਫ ਜੋਤ ਹਰਮਨਪ੍ਰੀਤ ਸਿੰਘ ਲਾਪ੍ਰਿਤ ਸਿੰਘ ਜਸਪ੍ਰਿਤ ਸਿੰਘ ਪਵਨਦੀਪ ਸਿੰਘ ਰੁਪਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਫਿਲਹਾਲ ਪੁਲਿਸ ਦੇ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ਉਧਰ 75ਵੇਂ ਆਜ਼ਾਦੀ ਦਿਹਾੜੇ ਤੋਂ ਬਾਅਦ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਪੰਜਾਬ ਪੁਲਿਸ ਅਧਿਕਾਰੀ ਦੀ ਗੱਡੀ ਦੇ ਵਿੱਚ ਬੰਬ ਰੱਖਿਆ ਜਾਣਾ ਸੂਬੇ ਦੇ ਵਿੱਚ ਹਾਈ ਅਲਰਟ ਦੇ باوجود ਪੁਲਿਸ ਪ੍ਰਬੰਧਤਾ ਸਵਾਲੀਆ ਨਿਸ਼ਾਨ ਖੜੇ ਕਰ ਰਿਹਾ ਹੈ ਇੱਕ ਪਾਸੇ ਜਿੱਥੇ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਸੂਬੇ ਦੇ ਵਿੱਚ ਕਿਸੇ ਵੱਡੀ ਅਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਹੀ ਪੁਲਿਸ ਇਸ ਘਟਨਾ ਨੂੰ ਅਤਵਾਦ ਦੇ ਨਾਲ ਜੋੜ ਕੇ ਦੇਖ ਰਹੀ ਹੈ ਦੂਜੇ ਪਾਸੇ ਸਬ ਇੰਸਪੈਕਟਰ ਦਿਲਬਾਖ ਸਿੰਘ ਦੇ ਹਤਵਾਦ ਸਮੇਂ ਦੌਰਾਨ ਸਰਗਰਮ ਰਹਿਣ ਦੇ ਕਾਰਨ ਉਹਨਾਂ ਨੂੰ ਪਹਿਲਾਂ ਹੀ ਕਈ ਵਾਰ ਕੱਟੜ ਜੋ ਬੰਬ ਰਖਣਾ ਵੱਡੀ ਵਾਰਤਾਤ ਆਤੰਗਵਾਦੀ ਸਾਜ਼ਿਸ਼ ਹੋ ਸਕਦੀ ਹੈ ਪੁਲਿਸ ਪੰਜਾਬ ਪੁਲਿਸ ਵੀ ਇਸ ਘਟਨਾ ਨੂੰ ਆਤਵਾਦੀ ਗਤੀਵਿਧੀਆਂ ਨਾਲ ਜੋੜ ਕੇ ਵੇਖ ਰਹੀ ਹੈ ਦਿਲਬਾਖ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਪਰ तमाम ਪਹਿਲੂਆਂ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਵਿੱਚ ਫਿਰ ਤੋਂ ਉੱਭਰ ਰਿਹਾ ਅਤਵਾਦ ਤੋਂ ਹੀ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਘਟਨਾ ਨੂੰ ਦੇਖਦੇ ਹੋਇਆ ਸੁਰੱਖਿਆ ਜਨਸੀ ਨੇ ਜਿੱਥੇ ਕਿਸੇ ਵੱਡੀ ਘਟਨਾ ਵੱਲ ਇਸ਼ਾਰਾ ਕੀਤਾ ਉੱਥੇ ਹੀ ਇਸ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਪਾਸੇ ਪੁਲਿਸ ਇਸ ਤੇ ਕੰਮ ਕਰ ਰਹੀ ਹੈ ਦੂਜੇ ਪਾਸੇ ਅਤਵਾਦੀ ਗਤੀਵਿਧੀਆਂ ਦੇ ਨਾਲ ਜੁੜੇ ਕੁਝ ਗੈਂਗਸਟਰ ਤੇ ਅਪਰਾਧੀਆਂ ਤੋਂ ਸੁਰੱਖਿਆ ਜਨਸਾ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਚਿੱਟੇਗੁੱੜ ਦੇ ਪਜਾਮੇ ਦੇ ਵਿੱਚ ਦੋ ਨਕਾਬਪੋਸ਼ ਨੌਜਵਾਨ ਵਿਚਕਾਰਲੀ ਸੜਕ ਤੇ ਖੜੀ ਗੱਡੀ ਦੇ ਵਿੱਚ ਬੰਬ ਰੱਖ ਕੇ ਫਰਾਰ ਹੋ ਗਏ ਸੀਸੀਟੀਵੀ ਦੀ ਫੁਟੇਜ ਨੂੰ ਦੇਖਦਿਆਂ ਜਿਸ ਤਰੀਕੇ ਦੇ ਨਾਲ ਇਹ ਦੋਵੇਂ ਰੁਕੇ ਫਿਰ ਕੁਝ ਮਿੰਟਾਂ ਦੇ ਵਿੱਚ ਗੱ ਸੱਤਵਾਦੀ ਸੰਗਠਨ ਦੇ ਸਲੀਪਰ ਸੈਲ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ دہشت ਫੈਲਾਉਣ ਦੇ ਰਾਤੇ ਦੇ ਨਾਲ ਬੰਬ ਰੱਖ ਪੁਲਿਸ ਦੀ ਗੱਡੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤਾ ਗਿਆ ਹੋਵੇ। ਉਧਰ ਪੰਜਾਬ ਕਾਂਗਰਸ ਦੇ ਅਗੂ ਨਵਜੋਤ ਸਿੰਘ ਸਿੱਧੂ ਨੂੰ ਵਚੰਡੀਗੜ੍ਹ ਅਦਾਲਤ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਤਾਇਰ ਮਾਨ ਹਾਨੀ ਦਾ ਕੇਸ ਚੰਡੀਗੜ੍ਹ ਅਦਾਲਤ ਦੇ ਵੱਲ ਰੱਦ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਮਗਰੋਂ ਇੱਕ ਕੇਸ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਅਦਾਲਤ ਵਿੱਚ ਦਾਇਰ ਕੀਤਾ ਸੀ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਇਸ ਸਮੇਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਰੋਡ ਰੇਜ਼ ਕੇਸ ਦੇ ਵਿੱਚ 1 ਸਾਲ ਦੀ ਸਜ਼ਾ ਕੱਟ ਰਹੇ ਨੇ ਨਵਜੋਤ ਸਿੱਧੂ ਨੇ ਮ ਚੀਮਾ ਦੇ ਸਮਰਥਨ ਦੇ ਵਿੱਚ ਰੈਲੀ ਕਰਨ ਪੁੱਜੇ ਸਨ ਉਹਨਾਂ ਨੇ ਕਿਹਾ ਸੀ ਕਿ ਜੇਕਰ ਚੀਮਾ ਇੱਕ ਖੰਗਾਰਾ ਮਾਰੇ ਤਾਂ ਥਾਣੇਦਾਰ ਪੈਂਟ ਗਿੱਲੀ ਕਰ ਦੇਵੇਗਾ ਨਵਜੋਤ ਸਿੱਧੂ ਦੇ ਬਿਆਨ ਤੇ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇ ਚੰਦੇਲ ਨੇ ਤਰਾਜ ਜਤਾਇਆ ਸੀ ਚੰਦੇਲ ਨੇ ਕਿਹਾ ਕਿ ਸਿੱਧੂ ਦੇ ਬਿਆਨ ਦੇ ਨਾਲ ਪੁਲਿਸ ਫੋਰਸ ਦਾ ਮਨੋਬਲ ਕਮਜ਼ੋਰ ਹੋਇਆ ਉਹਨਾਂ ਨੇ ਵੀ ਕਿਹਾ ਕਿ ਜਿਸ ਸਮੇਂ ਗੱਲ ਕਹੀ ਗਈ ਉੱਥੇ ਸੁਰੱਖਿਆ ਦੇ ਲਈ ਕਈ ਪੁਲਿਸ ਮੁਲਾਜ਼ਮ ਮੌਜੂਦ ਸਨ ਇਸ ਨਾਲ ਨਾਲ ਖਬਰਾਂ ਦੇ ਬੁਲੇਟਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ ਆਪਣੇ ਦੋਸ਼ੀ ਤਨਉਦ ਦੇ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਐਚਐਸਐਨ న్యూਸ ਦੇ ਨਾਲ